His life has known contrasting flavors. He was born in Nairobi, grew up in Nakodar, and went to study at Punjab University, Chandigarh, and then swore by the Naxalite movement of Punjab in the late 60s. But in the thick of revolt and revolution, blood turned sour somewhere in his mouth, and disillusionment began to gnaw. Being a fugitive and prisoner, he changed tracks and migrated to London. The poet surfaced, the writer found a name. But for Amarjeet Chandan, the past never quite ebbed. We dig up some such stories with him, Between Us. Welcome to the show, Amarjeet ji. Ajkal tusi ki kar rahe ho? Pichle takriban 30 saal to London ch rehna. Ji. Pehla bahut sare saal main utthe local government ch naukri karde ha guzare. Main as a translator zindagi basar kiti hai te naal likhde ha padde ha. ਉਹ ਵੀ ਨਾਲੋਂ ਨਾਲ ਚੱਲਦਾ ਰਿਹਾ। ਪੋਇਟਰੀ ਤੋਂ ਇਲਾਵਾ ਕੁਝ ਹੋਰ ਵੀ ਚੱਲ ਰਿਹਾ ਹੈ? ਕਵਿਤਾ ਤਾਂ ਕਦੇ ਕਦੇ ਨਾਜ਼ਲ ਹੁੰਦੀ ਹੈ ਜਾਂ ਵਹੀ ਉਤਰਦੀ ਜਿਵੇਂ ਕਹਿੰਦੇ ਹੁੰਦੇ ਨੇ। ਮੈਂ ਕਿਤਾਬ ਲਿਖ ਰਿਹਾ ਆਪਣੇ ਜਿਹੜੇ ਪੰਜਾਬੀ ਗਾਇ ਨੇ ਨਾ ਇੰਗਲੈਂਡ ਵਿੱਚ ਜੀ 19ਵੀਂ ਸਦੀ ਦੇ ਅਖੀਰ ਵਿੱਚ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਸਨ 45 ਤੱਕ ਦੂਜੀ ਵੱਡੀ ਜੰਗ ਤੱਕ ਉਹਨਾਂ ਦੀਆਂ ਯਾਦਾਂ। ਮੈਂ ਲਾਹੌਰ ਵੀ ਇੱਕ ਮਹੀਨਾ ਲਾ ਕੇ ਆਇਆ ਤੇ ਉਹਨਾਂ ਦੇ ਘਰਦਿਆਂ ਨੂੰ ਮਿਲਿਆ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ। ਉਹ ਕਿਤਾਬ ਲਿਖ ਰਿਹਾ ਮੈਂ। ਕਿਉਂਕਿ ਹੁਣ ਤੁਸੀਂ ਗੱਲ ਕਰ ਰਹੇ ਹੋ ਇਸ ਬਾਰੇ, ਤਾਂ ਵੀ ਵੁੱਡ ਲਾਈਕ ਟੂ ਕਾਈਂਡ ਆਫ ਟ੍ਰੇਸ ਬੈਕ ਟੂ ਦ ਨਕਸਲਾਈਟ ਮੂਵਮੈਂਟ। ਵਾਟ ਪੁਲਡ ਯੂ ਇਨਟੂ ਇਟ? ਇਹ ਜਿਹੜੀ ਨਕਸਲਬੜੀ ਲਹਿਰ ਸੀ 1967 ਵਿੱਚ ਸ਼ੁਰੂ ਹੋਈ ਸੀ ਤੇ ਉਹਨਾਂ ਦਿਨਾਂ 'ਚ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਪੰਜਾਬ ਦੀ ਰਵਾਇਤ ਰਹੀ ਹੈ ਇਨਕਲਾਬੀ ਲਹਿਰ ਵਿੱਚ ਸ਼ਰੀਕ ਹੋਣ ਦੀ। ਮੇਰੇ ਜਿਹੜੇ ਬਾਬਾ ਜੀ ਸਨ ਅਤੇ ਉਹਨਾਂ ਦੇ ਭਰਾ ਗਦਰ ਪਾਰਟੀ ਸਨ, ਗਦਰ ਲਹਿਰ, ਉਸ ਲਹਿਰ ਦੇ ਪ੍ਰੇਰੇ ਉਹ ਘਰ ਮੁੜ ਆਏ ਸੀ। ਫਿਰ ਮੇਰੇ ਪਿਤਾ ਜੀ ਉਹ ਕਵੀ ਵੀ ਸਨ ਅਤੇ ਉਹ ਗਦਰ ਕਿਰਤੀ ਪਾਰਟੀ ਵਿੱਚ ਉਹਨਾਂ ਦੇ ਆਗੂ ਸਨ, ਉਹ ਈਸਟ ਅਫਰੀਕਾ ਦੇ, ਪੂਰਬੀ ਅਫਰੀਕਾ ਦੇ। ਜੀ, ਇੱਕ ਕਿਸਮ ਦੀ ਗੁੜਤੀ ਮੈਨੂੰ ਮਿਲੀ ਹੈ ਇਨਕਲਾਬੀ ਪੁਣਿਆਂ ਦੀ। ਅਤੇ ਜਦੋਂ ਬੰਦਾ ਜਵਾਨ ਹੁੰਦਾ ਹੈ ਤਾਂ ਕੋਈ ਨਾ ਕੋਈ ਉਹਨੂੰ ਆਦਰਸ਼ ਚਾਹੀਦਾ ਹੁੰਦਾ ਉਹ ਜਿਹਦੇ ਵਿੱਚ ਯਕੀਨ ਕਰ ਸਕੇ। ਅਤੇ ਉਹਨਾਂ ਉਹ ਬੜਾ ਉਮੀਦਾਂ ਭਰਿਆ ਦੌਰ ਸੀ। ਵੀਅਤਨਾਮ ਦੀ ਜੰਗ ਬੜੇ ਸਿਖਰਾਂ 'ਤੇ ਸੀ ਅਤੇ ਸਾਰੀ ਦੁਨੀਆ 'ਚ ਇੰਝ ਲੱਗਦਾ ਸੀ ਕਿ ਸਾਰੀ ਦੁਨੀਆ ਬਦਲ ਜਾਏਗੀ, ਇਨਕਲਾਬ ਆ ਜਾਏਗਾ। ਅਤੇ ਇਹ ਫਿਰ ਪੰਜਾਬ ਵਿੱਚ ਵੀ ਅਸੀਂ ਖਿੱਚ ਕੇ ਲੈ ਆਉਂਦੀ ਸੀ ਕਿਉਂਕਿ ਸਾਨੂੰ ਵੀ ਕੋਈ ਚਾਹੀਦਾ ਸੀ, ਅਸੀਂ ਵੀ ਕਰੀਏ, ਭਾਵੇਂ ਕਿ ਇਹਦੀ ਲੋੜ ਨਹੀਂ ਸੀ ਇੰਨੀ। ਅੱਛਾ, ਤੁਹਾਨੂੰ ਲੱਗਦਾ ਕਿ ਲੋੜ ਨਹੀਂ ਸੀ ਇਹਦੀ? ਨਹੀਂ, ਕੋਈ ਜਿੰਨੀ ਅਸਮਾਨਤਾ ਜਾਂ ਨਾ ਬਰਾਬਰੀ ਬੰਗਾਲ ਜਾਂ ਬਿਹਾਰ, ਉੜੀਸਾ, ਉਹਨਾਂ ਇਲਾਕਿਆਂ 'ਚ, ਉਹਨੇ ਤਾਂ ਪੰਜਾਬ 'ਚ ਹੈ ਹੀ ਨਹੀਂ। ਉਦੋਂ ਜਿਹੜੀ ਸਰਮਾਏਦਾਰੀ ਦਾ ਜਿਹੜਾ ਦੌਰ ਜਿਹੜਾ ਉਹ ਤਾਂ ਉੱਭਰ ਹੀ ਰਹੀ ਸੀ। ਜਿਹੜੀ ਨਕਸਲੀ ਲਹਿਰ ਸੀ ਇਹ ਸਿਰਫ ਸ਼ਹਾਦਤ ਦੀ ਅਤੇ ਕਤਲ ਦੀ ਲਹਿਰ ਸੀ। ਉਹ ਹਿਸਾਬ ਬਰਾਬਰ ਦਾ ਹੀ ਰਿਹਾ। ਤਕਰੀਬਨ 100 ਦੇ ਕਰੀਬ ਜਿਹੜੀ ਇੱਥੋਂ ਦੇ ਪੰਜਾਬ ਦੇ ਨਕਸਲੀ ਸਨ, ਇਹਨਾਂ ਨੇ ਪੁਲਿਸ ਦੇ ਏਜੰਟ ਜਾਂ ਪੁਲਿਸ ਵਾਲੇ ਜਾਂ ਸੂਦਖੋਰ, ਉਹ ਪਿੰਡਾਂ ਦੇ ਜਮਾਤੀ ਦੁਸ਼ਮਣ ਕਹਿ ਕੇ ਉਹਨਾਂ ਨੂੰ ਕਤਲ ਕਰ ਦਿੱਤਾ। ਇਹ ਬੜੀ ਵਧੀਆ ਕਿਸੇ ਨੇ ਗੱਲ ਕੀਤੀ ਸੀ ਵੀ ਪੰਜਾਬ ਵਿੱਚ ਜੋ ਵੀ ਪੁਲਿਸ ਦੇ ਖਿਲਾਫ ਲੜਦਾ ਮਾਰਿਆ ਜਾਏ ਉਹ ਸ਼ਹੀਦ ਹੀ ਹੁੰਦਾ, ਭਾਵੇਂ ਚੋਰ ਵੀ ਹੋਵੇ, ਪਰ ਇਹ ਤਾਂ ਵੱਡੇ ਆਦਰਸ਼ ਵਾਸਤੇ ਲੜ ਰਹੇ ਸੀ। All this smells of disillusionment. Disillusionment us kism di nahi, par us lehar di jehdi galat lehar si ohnu main galat kehna. Acha. Disillusionment ta jehdi lok lehar hai, jadon tak na barabari hai, jadon tak insaaf nahi milda, oh ta chaldi hi rahegi. Tuhanu lagda hai ki it is justified wherever it is right now, jivein Jharkhand chahe ya Chhattisgarh vich chahe. Par utthe oh jehdi samaji mushkilan ne, oh ta hai hi nahi samasyaan, par jehdi hinsa vich mera bilkul yakeen nahi hai. Duniya vich jithe vi hinsa naal kuch vi vapriya hai, oh bahut hi der kaayam nahi rehnda. Us time what was going on in your mind, in yourself, when you know there was violence all around you? Tusi vi ode ek hissa sige ya tode utte violence ho rahi si, you know, when you were a fugitive? Dono passe si sara zehn jehda mane sara kriya si oh hinsa na. Punjab de naujawan ch khaas karke eh shaheed Bhagat Singh da image jehda oda bimb hai oh bahut vadda hai ji, te oh vi filmi qisam da zyada hai jehdi ode soch wala pakh hai na Bhagat Singh di, oh bahut ghat lokan nu pata hai. ਸੋਚਵਾਨ ਵੀ ਬੜਾ ਸੀ, ਉਹ 23-24 ਸਾਲ ਦੀ ਉਮਰ ਸ਼ਹੀਦ ਹੋ ਗਿਆ, ਕਿੰਨੀ ਕੁ ਉਮਰ ਸੀ। ਪਰ ਆਮ ਬੰਦੇ ਦੇ, ਆਮ ਨੌਜਵਾਨ ਦੇ ਮਨ ਵਿੱਚ ਉਹ ਜਿਹੜੀ ਬਸੰਤੀ ਪੱਗ ਵਾਲਾ ਮੁੱਛਾਂ ਤਾ ਦਿੱਤਾ ਅਤੇ ਹੱਥ ਵਿੱਚ ਪਿਸਤੌਲ, ਉਹ ਬਿੰਬ ਹੈ। ਅਤੇ ਉਸ ਬਿੰਬ ਦੇ ਪ੍ਰੇਰੇ ਅਸੀਂ ਭਗਤ ਸਿੰਘ ਬਣਨਾ ਚਾਹੁੰਦੇ ਸੀ, ਦਰਅਸਲ ਇਹੀ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੇ ਬਹੁਤ ਸਾਰੇ ਜਿਹੜੇ ਹੀਰੋਜ਼ ਹੈ ਉਹਨਾਂ ਨੂੰ ਆਲਮੋਸਟ ਮਿਸਇੰਟਰਪ੍ਰੇਟ ਕਰਕੇ ਜ਼ਿਆਦਾ ਹੀ ਉਹਨਾਂ ਨੂੰ ਉਸ ਸਟੇਚਰ 'ਤੇ ਲਿਖਤਾਂ ਹੈ ਜੇਲ੍ਹ ਵਿੱਚ ਜਿਹੜੀਆਂ ਲਿਖੀਆਂ ਹੋਈਆਂ। ਜਿਹੜੀ ਇਨਕਲਾਬ ਦੀ ਤਲਵਾਰ ਹੈ ਅਕਲ ਦੀ ਸਾਣ ਤੇ ਤਿੱਖੀ ਹੁੰਦੀ ਹੈ ਜਾਂ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਹੁਣ ਜਿਹੜਾ ਮੇਰਾ ਰੰਗ ਦੇ ਬਸੰਤੀ ਚੋਲਾ ਜਿਹੜਾ ਨੌਜਵਾਨ ਗੀਤ ਗਾ ਰਿਹਾ, ਜਦੋਂ ਮੈਂ ਇਹ ਟੂਕ ਸੁਣਾਵਾਂ ਤਾਂ ਉਹ ਕਹੇਗਾ ਵੀ ਕੀ ਕਹੇਗਾ, ਮੈਨੂੰ ਮੂਰਖ ਸਮਝੇਗਾ, ਤੂੰ ਉਹ ਯਕੀਨ ਨਹੀਂ ਕਰਨਾ ਚਾਹੁੰਦਾ।
सोच सोचवान होना अकलमंद होना उसके वास्ते सफर तय करना पैंदा है। शायद मेरी उम्र तक पहुंच के शायद वो भी सोचवान कोई बन जाए, मैनूं इन्ने होरे लगे ने। तुसीं फिर बैलेंस दी गल कर रहे सीगे कि बैलेंस दा इफेक्ट की होया सिख परिवार च पैदा होया। कोई भी बच्चा जदों होश संभालण लगता है चार पांच साल की उम्र, जिहड़ी सिखी अरदास है शहीदां दी अरदास है, दरअसल उन्होंने चेते करन दी अरदास है, तो अंग्रेजी का शब्द इंडोक्ट्रिनेशन तो साढ़े बचपन तो शुरू हो जाती जी। सो 20वीं सदी खास करके पहला गदर तहरीक शुरू हुई, फिर बब्बर अकाली लहर शुरू हुई, फिर भगत सिंह आ गया, फिर थोड़ा जहा दौर उभरता रहा, फिर शहीद ऊधम सिंह, फिर एडा वड्डा साका हो गया 47 का, उस तो बाद हरे इनकलाब तो बाद फिर नक्सलवाड़ी तहरीक शुरू हो गई। जिमें घड़ी का पेंडुलम होंगे, कदे सज्जे कदे खब्बे, मरन मारन का सानू दौरा पैंदा पंजाब। सो सिखी सिखी शहादत शहीद भगत सिंह ऊधम सिंह, सो बड़ी इंपोर्टेंट डोज आया था। उदों तुहाडे अंदर कदे क्वेश्चन्स उठदे सीगे कि ए मैं की कर रहा हां, व्हाट एम आई डूइंग? उदों तां इंज लगदा सी मैं भगत सिंह बनना चाहुंदा, मैं भी शहीद होना। उदों इहो जी सोच नहीं सी आउंदी जी। जे इहो जी सोच आउण लगे मैं की कर रहा, जो तुसीं अपना ते शक करन लग जाओ फिर तो फिर तुसीं बह जाओगे। चेंज कदों आया तुहाडे च, टर्न कदों आया? चेंज उसी तरह आई जिस तरह भगत सिंह दी सोच विच तब्दीली आई सी उहदी अपनी सोच विच। जेल विच जा के मैं जेल विच एकांत कैद विच सोलिटरी कन्फाइनमेंट 2 साल गुजारे है, ये सब तो भैड़ी सजा मनी जाती है। ये तुसीं 24 घंटे तंग जी कोठड़ी च बैठे रहिंदे हो अपने कल्यां जी, कदे गुजार के वेखना एक दो दिन कल्यां पता लग जाएगा। ओ 2 साल जो तुसीं गुजारे उहदे च उदों बंदा सोचदा है मैं क्यों इत्थे बैठा हां, मैं की कर रहा, क्यों इस तरह होया। एक लिहाज नाल मैं खुशकिस्मत सी, मेरी जान बच गई, बाकियां तो फड़ के मार दिंदे सन। मैं बच भी इस करके गया, शायद जदों मैं फड़िया गया सी उदों मैं कोई किसी नूं मारन नहीं सी गया, कतल करन नहीं सी गया, किसी दे बंब नहीं सी सुट्टन गया, भावें कोई हाथ विच मेरे बंब सी उदों मेरे चोले विच। जो तुसीं बाहर निकले उस तो बाद you written about it also that your body felt weightless, you know, I mean, as if you were walking on the moon. ऐसा सी मैं कविता भी लिखी, पानी ते तुर्या हुआ या हवा च तुर्या हुआ, पाप धरती ते नहीं सी, खुशी विच नहीं, बस अजीब किस्म दा एहसास सी। Is it still alive in you? Do you still feel it sometimes when you think about it? बिल्कुल याद आउंदा है कदे कदे, हाँ। तुसी लिखा हुआ है कि एक छोटा जा होल सीगा and there you would see all the seasons changing. What aspect of life and living did you figure out in those days? उदों बारे मैं अपना यादा लिखी, उदा ना कंधा है, तुसी जस कल्पना करो 7x5 फुट तो छोटा जिहा सैल हो, जे तुसी हर वेले बंद रहिंदे हो, अगे पिंजरा आया, पिंजरे दे अगे एक होर पिंजरा आया, ते तुहानू ना सूरज चढ़दा नज़र आउंदा ना डुबदा, ते चन्न तारे भी तुसी इदां लम्मियां पै के वेख सकदे हो। इहो जिहे बहुत सारे वेरवे ने, वो बड़े दुखदाई गल है, बड़ी भैड़ी किस्म दी सज़ा है। ਤੁਸੀਂ ਕਿਸੇ ਨੂੰ ਛੋ ਨਹੀਂ ਸਕਦੇ, ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਦ ਹਿਊਮਨ ਟੱਚ ਇਜ਼ ਲੋਸਟ। ਯੂ ਹੈਡ ਪ੍ਰੋਬਲਮ ਇਨ ਰਿਲੇਟਿੰਗ ਵਿਦ ਦ ਸੋਸਾਇਟੀ ਆਫਟਰ ਦੈਟ? ਉਹਦਾ ਅਸਰ ਰਿਹਾ, ਉਹ ਸ਼ਾਇਦ ਹੁਣ ਤੱਕ ਵੀ ਹੈ। ਪਹਿਲੇ ਤਾਂ ਵਾਇਲੈਂਸ ਦਾ ਪੂਰਾ ਦੌਰ ਗੁਜ਼ਰਿਆ, ਉਸ ਤੋਂ ਬਾਅਦ ਤੁਸੀਂ 2 ਸਾਲ ਇਹ ਸੋਲਿਟਰੀ ਯੂ ਨੋ ਕਨਫਾਈਨਮੈਂਟ ਵਿੱਚ ਗੁਜ਼ਾਰੇ, ਉਸ ਤੋਂ ਬਾਅਦ ਤੁਹਾਡੇ 'ਚ ਕੀ ਚੇਂਜਿਸ ਆਈਆਂ ਐਜ਼ ਅ ਹਿਊਮਨ ਬੀਇੰਗ? ਐਂਡ ਯੈਸ, ਹਾਊ ਡਿਡ ਇਟ ਅਫੈਕਟ ਦ ਮੈਨ ਇਨ ਯੂ ਇਨ ਕੰਟੈਕਸਟ ਆਫ ਰਿਲੇਸ਼ਨਸ਼ਿਪਸ, ਯੂ ਨੋ ਦ ਮੈਨ, ਦ ਹਸਬੈਂਡ, ਦ ਫਾਦਰ, ਮੇ ਬੀ ਅ ਫਰੈਂਡ ਔਰ ਅ ਰਿਲੇਟਿਵ ਔਰ ਅ ਸਨ? ਕੁਝ ਪਰਸੈਪਸ਼ਨਸ ਚੇਂਜ ਹੋਈਆਂ ਹਰ ਬੰਦੇ ਦੀ ਜਿਹੜੀ ਮਾਨਸਿਕਤਾ ਉਹ ਤਾਂ ਮੇਰੇ ਖਿਆਲ ਉਹਦੀ ਆਪਣੀ ਹੁੰਦੀ ਹੈ, ਅਤੇ ਬਾਹਰਲੇ ਅਸਰ ਜਿਹੜੇ ਇੰਝ ਦੇ ਹੈ ਨੇ ਉਹਨਾਂ ਦਾ ਅਸਰ ਤਾਂ ਹੁੰਦਾ ਹੀ ਹੈ। ਪਰ 2 ਸਾਲ ਉਹਦੇ ਕਰਕੇ ਮੈਂ ਬੜਾ ਇੰਟਰੋਵਰਟ ਹੋ ਗਿਆ, ਫਿਰ ਜ਼ਿਆਦਾ ਵਿਦਡਰੋਨ ਕਿਸਮ ਦਾ, ਆਪਣੇ ਆਪ 'ਚ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਨੀ, ਮੈਂ ਬੋਲਦਾ ਹੀ ਬਹੁਤ ਘੱਟ ਹੈ, ਹੁਣ ਤੁਸੀਂ ਬੈਠੇ ਹੋ ਇਸ ਕਰਕੇ ਮੈਨੂੰ ਬੋਲਣਾ ਪੈ ਰਿਹਾ। ਸੋ ਇਹਦਾ ਅਸਰ ਪੈਂਦਾ ਰਿਸ਼ਤਿਆਂ 'ਤੇ, ਕਿਉਂ ਨਹੀਂ ਪੈਂਦਾ? ਹੈ ਵੇ ਹਾਲੇ ਰਹੇਗਾ ਹੀ, ਉਹ ਕਿਉਂਕਿ ਮੈਂ ਆ ਜਿਸ ਤਰ੍ਹਾਂ ਦਾ ਬਣਿਆ, ਮੈਂ ਜਿਸ ਤਰ੍ਹਾਂ ਦਾ ਬਣ ਗਿਆ, ਉਹ ਤਾਂ ਯਾ ਬਹੁਤ ਸਟਰੋਂਗ ਇੱਕ ਐਕਸਪੀਰੀਅੰਸ ਸੀਗਾ ਉਹ, ਜ਼ਿਆਦਾ ਜ਼ਿਆਦਾ ਜਦੋਂ ਸ਼ਿੱਦਤ ਨਾਲ, ਇੰਟੈਂਸਿਟੀ ਨਾਲ, ਕਿਉਂਕਿ ਮੇਰੀ ਲਿਖਤ ਵਿੱਚ ਮੇਰੇ ਆਪਣੀ ਸ਼ਖਸੀਅਤ 'ਚ ਵੀ ਇੰਟੈਂਸਿਟੀ ਬਹੁਤ ਜ਼ਿਆਦਾ ਹੈ, ਉਹ ਕਵਿਤਾ 'ਚ, ਕਿਉਂਕਿ ਮੈਨੂੰ ਕਵਿਤਾ ਲਿਖਣੀ ਆਉਂਦੀ ਹੈ, ਬੜੇ ਇਨਸਾਨ ਨੇ ਜਿਹੜੇ ਸ਼ਾਇਦ ਮੇਰੇ ਵਰਗੇ ਹੀ ਸ਼ਿੱਦਤ ਨਾਲ ਮਹਿਸੂਸ ਕਰਦੇ ਨੇ, ਉਹ ਨਹੀਂ ਲਿਖ ਸਕਦੇ, ਮੈਂ ਲਿਖ ਸਕਦਾ, ਇਹ ਬਖਸ਼ਿਸ਼ ਹੈ ਮੈਨੂੰ। ਤੁਹਾਨੂੰ ਐਸਾ ਲੱਗਦਾ ਹੈ ਕਿ ਐਸੈਂਸ਼ਲੀ ਤੁਸੀਂ ਇੱਕ ਕਵੀ ਹੀ ਸੀਗੇ ਐਂਡ ਥੋੜ੍ਹੀ ਦੇਰ ਲਈ ਜ਼ਿੰਦਗੀ 'ਚ ਤੁਸੀਂ ਬੈਲੈਂਸ ਵੱਲ ਡਰਾ ਹੋ ਗਏ? ਮੇਰੀ ਤਾਂ ਇਹ ਧਾਰਨਾ ਹਰ ਬੰਦਾ, ਹਰ ਇਨਸਾਨ ਕਵੀ ਹੁੰਦਾ ਹੈ, ਬੰਦੇ ਦੀ ਤਰਬੀਅਤ, ਉਹਦੀ ਸਿਖਲਾਈ, ਉਹਦੀ ਟ੍ਰੇਨਿੰਗ ਇਸ ਕਿਸਮ ਦੀ ਹੋ ਜਾਂਦੀ ਹੈ, ਮਾਹੌਲ ਇਸ ਤਰ੍ਹਾਂ ਦਾ ਮਿਲ ਜਾਂਦਾ ਹੈ ਕਿ ਉਹ ਲਿਖਣ ਵੱਲ ਲੱਗ ਜਾਂਦਾ ਹੈ। ਉਦੋਂ ਇੱਕ ਤੁਹਾਡੇ ਕੋਲ ਸੈਂਸ ਆਫ ਡਾਇਰੈਕਸ਼ਨ ਸੀ, ਇੱਕ ਸਟਰੋਂਗ ਫੋਕਸ ਸੀਗਾ ਜ਼ਿੰਦਗੀ 'ਚ ਐਂਡ ਤੁਹਾਡਾ ਪੂਰਾ ਪਰਸੈਪਸ਼ਨ ਸ਼ਾਇਦ ਪੂਰਾ ਰੈਵੋਲਿਊਸ਼ਨਾਈਜ਼ ਹੋ ਗਿਆ ਸੀ। ਫਿਰ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਜੇਲ੍ਹ 'ਚੋਂ ਬਾਹਰ ਆ ਕੇ ਜੀ, ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਇਕੱਠੀਆਂ ਕਰਕੇ, ਖੋਜ ਕਰਕੇ, ਨੈਸ਼ਨਲ ਆਰਕਾਈਵ ਜਾ ਕੇ ਦਿੱਲੀ ਜਾਂ ਇਧਰੋਂ ਉਧਰੋਂ, ਉਹ ਮੈਂ ਛਾਪੀਆਂ ਸਨ ਜੀ। ਉਹਦਾ ਰੀਜ਼ਨ ਕੀ ਸੀ?
रीजन मैं यही जानना चाहता सी भी जिहड़ा साडा रोल मॉडल जिहड़ा साडा नायक है वह की सोचता सी किहो जिहा इंसान सी। यू स्टार्टेड सीकिंग हिज थॉट ओनली आफ्टर दैट एक्सपीरियंस। पहले तो इंज ही सी ना वो तो टोप वाला मुछा वाला तो पिस्तौल वाला फांसी पर लटकया हुआ भगत सिंह वो सी बाद विच सोचवान जिहड़ा जिहड़ा बुद्धिमान दानिश्वर जिहड़ा वो बाद विच पता लगा उहदा। पंजाब नाल दो वड्डे दुखांत वापरे ने एक शहीद भगत सिंह दा इन्नी छोटी उम्र च मुक जाना एक अमृता शेर गिल दा 28 साल दी उम्र च पूरी हो गई सी जे जिंदे रहिंदे शायद साडा इतिहास होर हुंदा। तुसीं जदों निकले उस चों बाहर कुछ वैक्यूम फील होया तुहानूं खालीपन महसूस होया कि हुण मैं जिंदगी च की करना है, व्हाट इज माय गोल, व्हाट इज माय एम इन लाइफ। वैक्यूम तो शायद उन्हें ना आखिए पर वो अपने आप नूं दोबारा पुनर्मूलांकन बड़े पारा पारे जिहा लफ्ज़ वरत रहा मैं अंग्रेजी का लफ्ज़ नहीं वरतना चाहता। फिर सब तो वड्डा मसला सी रुजगार का किसी ने नौकरी तो किसी ने देनी नहीं सी ना मैं किसी तो मंगनी सी। अच्छा सो मेरे कॉमरेड्स दोस्तों वो जन्मदिन से उन्होंने मैनू उन्होंने मैं उन्होंने आखे उत्थे चला गया उत्थों फिर मैं इंग्लैंड चला गया क्योंकि मेरे को ब्रिटिश पासपोर्ट सी मेरी पैदाइश केनिया दी है इस करके मेरे को पहला तो सी हो। अच्छा एक बहुत स्टार्क कॉन्ट्रास्ट है ना कि तुसी पंजाब विच उस टाइम नैक्सलाइट मूवमेंट दे हिस्सा सी गए फिर तुसी इंग्लैंड चले गए जो कि कैपिटलिस्ट सोसाइटी कैपिटलिज्म तो इत्थे भी है। अच्छा पर मतलब जड़ी नैक्सलाइट मूवमेंट सी इट वाज स्ट्रांगली अपोज्ड टू दैट राइट। डिड यू फील अ लिटिल आउट ऑफ सिंक विद एवरीथिंग। हर परदेसी दा ही हशर हुंदा है। मेरा तो खास किस्म का केस है ना कि मैं पहला सियासी कारकुन सी फिर परदेस बगानी बोली बेगाना पौन पानी सब कुछ वो वक्री कहानी है वो कोई बहुत ही सुखावी नहीं वो भी दुख देने वाली है। Being associated with the Naxalite movement made it difficult for you to stay here, right?